ਇਕਜੁੱਟ ਹੋ ਕੇ ਇਕੱਠੇ ਹੋਏ ਆ। ਕਿਸ ਲਈ ਇਕੱਠੇ ਹੋਏ? ਸਰਕਾਰ ਸ਼ੁਰੂ ਤੋਂ ਕੰਮ ਕਰਦੀਆਂ ਆ ਰਹੀਆਂ ਨੇ, ਅੱਜ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਪਰ ਕੁਝ ਅਫਸਰ ਜਿਹੜੇ ਉਹ ਸਰਕਾਰ ਦੀ ਨੀਤੀਆਂ ਨੂੰ ਸਾਡੇ ਕੋਲ ਲਾਗੂ ਨਹੀਂ ਕਰਦੇ, ਉਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋਏ ਹਾਂ। ਮੇਨ ਮੁੱਦਾ ਸਾਡਾ ਇਹ ਹੈ, ਸਰਕਾਰ ਕੋਲ ਆਪਣੀ ਸਰਕਾਰੀ ਨੌਕਰੀਆਂ ਨਹੀਂ ਹਨ, ਪ੍ਰਾਈਵੇਟ ਨੌਕਰੀਆਂ ਨਹੀਂ ਮਿਲਦੀਆਂ, ਹਰ ਇੱਕ ਬੰਦੇ ਨੇ ਰੋਟੀ ਖਾਣੀ ਹੈ। ਸਾਡੇ ਕੋਲ ਸਰਕਾਰ ਨੇ ਇੱਕ ਸਕੀਮ ਦਿੱਤੀ ਵੀ ਹਰ ਇੱਕ ਆਦਮੀ ਆਪਣੀ ਰੋਟੀ ਕਮਾ ਕੇ ਖਾ ਸਕੇ, ਆਪਣੀ ਸ਼ਾਨ ਨਾਲ ਜੀ ਸਕੇ। ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਉਹ ਨੀਤੀਆਂ ਨੂੰ ਬੈਂਕ ਵਾਲੇ ਲਾਗੂ ਨਹੀਂ ਕਰਦੇ। ਅਸੀਂ ਜਦ ਇੱਕਜੁੱਟ ਹੋਵਾਂਗੇ ਤਾਂ ਸਾਡੀ ਜਿਹੜੀ ਆਵਾਜ਼ ਹੈ ਉਹ ਅਸੀਂ ਉੱਪਰ ਤੱਕ ਪਹੁੰਚਾਵਾਂਗੇ, ਤਾਂ ਕਿ ਬੈਂਕ ਵਾਲੇ ਆਪਣੀ ਗਰੀਬਾਂ ਦੀ ਸੁਣਨ। ਬੈਂਕ ਵਾਲੇ ਹਿੰਦੁਸਤਾਨ ਦੇ ਅੰਦਰ ਸਿਰਫ 10% ਲੋਕਾਂ ਦਾ ਕੰਮ ਕਰਦੇ ਨੇ, ਆਪਾਂ 90% ਲੋਕ ਬੈਂਕਾਂ ਤੋਂ ਅਲੱਗ ਵਾਂਝੇ ਖੜੇ ਆ। ਸਾਡੇ ਪਿੰਡਾਂ ਤੋਂ ਸਾਰੇ ਲੋਕ ਬੈਂਕ ਵਾਲੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ ਤੇ ਅਮੀਰ ਆਦਮੀਆਂ ਦੇ ਘਰਾਂ ਨੂੰ ਭਰਦੇ ਨੇ। ਅਸੀਂ ਕਿੱਥੇ ਜਾਈਏ? ਇਸ ਕਰਕੇ ਅਸੀਂ ਇਕੱਠੇ ਆ। ਅੱਜ ਜਿਹੜਾ ਇਹ ਮਾਰਚ ਹੈ ਉਹਦੇ ਖਿਲਾਫ ਹੈ। ਮੈਂ ਚਾਹੂੰਗਾ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਮਾਰਚ ਕਰੀਏ, ਔਰ ਤਿਰੰਗਾ ਝੰਡਾ ਜਿਹੜਾ ਆਪਣਾ ਹੈ ਦੇਸ਼ ਦੀ ਆਨ ਬਾਨ ਔਰ ਸ਼ਾਨ ਉਹਨੂੰ ਲੈ ਕੇ ਬਹੁਤ ਸ਼ਾਂਤੀ ਤਰੀਕੇ ਨਾਲ SDM ਸਾਹਿਬ ਕੋਲ ਜਾਵਾਂਗੇ ਤੇ ਆਪਣੀ ਆਵਾਜ਼ ਉੱਪਰ ਤੱਕ ਪਹੁੰਚਾਵਾਂਗੇ, ਔਰ ਦੇਖਦੇ ਆ ਮੈਂ ਕਿਵੇਂ ਬੈਂਕ ਵਾਲੇ ਆਪਣਾ ਕੰਮ ਨਹੀਂ ਕਰਦੇ। ਔਰ ਮੈਂ ਤੁਹਾਨੂੰ ਵਿਸ਼ਵਾਸ ਲਗਾ